ਤੇ ਸਾਬਕਾ ਕਾਂਗਰਸੀ ਵਿਧਾਇਕ ਜੀ ਆਦਾਸੀ ਕਿ ਸਾਬਕਾ ਕਾਂਗਰਸੀ ਵਿਧਾਇਕ ਕਿਕੀ ਟਿੱਲੋਂ ਦੇ ਘਰ ਜਿਹੜਾ ਫਾਰਮ ਹਾਊਸ ਦੇ ਵਿੱਚ ਰੇਡ ਕੀਤੀ ਗਈ ਹੈ ਵਿਜਲੋਂਸ ਦੇ ਬੋਲੋ ਸੋ ਇਸ ਵੇਲੇ ਦੀ ਵੱਡੀ ਖਬਰ ਸਾਬਕਾ ਕਾਂਗਰਸੀ ਵਿਧਾਇਕ ਦੇ ਨਾਲ ਜੁੜੀ ਹੋਈ ਹੈ ਕਿਕੀ ਟਿੱਲੋਂ ਹੋਰਾਂ ਦੇ ਨਾਲ ਜਿਨ੍ਹਾਂ ਦੇ ਫਾਰਮ ਹਾਊਸ ਜਸਦਾਨ ਨਵੀਨੀਕਰਨ ਦਾ ਕੰਮ ਚੱਲ ਰਿਹਾ ਉਹਨਾਂ ਦੇ ਫਾਰਮ ਹਾਊਸ ਤੇ ਰੇਡ ਜਿਹੜੀ ਕੀਤੀ ਗਈ ਹੈ ਸੋ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਨੂੰ ਲੈ ਕੇ ਰੇਡ ਜਿਹੜੀ ਕੀਤੀ ਗਈ ਹੈ ਸੋ ਦਾਸਾ ਇਹ ਕਿ ਵਿਸ਼ਲਸ ਜੋ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਪਹਿਲਾਂ ਵੀ ਕਈ ਸਾਬਕਾ ਕਾਂਗਰਸੀ ਵਿਧਾਇਕਾ ਮੰਤਰੀਆਂ ਦੇ ਫਾਰਮ ਹਾਊਸਾਂ ਦੇ ਉੱਤੇ ਉਹਨਾਂ ਦੇ ਘਰਾਂ ਦੇ ਵਿੱਚ ਜਿਹੜਾ ਵਿਸ਼ਲਸ ਦੇ ਵੱਲੋਂ ਲਗਾਤਾਰ ਰੇਡ ਕੀਤੀ ਜਾ ਰਹੀ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਸਰਕਾਰ ਦੇ ਵੱਲੋਂ ਜਿੱਥੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਲਈ ਇੱਕ ਹੋਂਕਾ ਦਿੱਤਾ ਜਾ ਰਿਹਾ ਤੇ ਇਸੇ ਦੇ ਵਿਚਾਲੇ ਦੱਸ ਦਈਏ ਕਿ ਹੁਣ ਸਾਬਕਾ ਕਾਂਗਰਸੀ ਵਿਧਾਇਕ ਇੱਕ ਹੋਰ ਦੇ ਘਰ ਜਿਹੜਾ ਜਿਨ੍ਹਾਂ ਦੇ ਫਾਰਮ ਹਾਊਸ ਤੇ ਉੱਤੇ ਰੇਡ ਜਿਹੜੀ ਵਿਸ਼ਲਸ ਦੇ ਵੱਲੋਂ ਕੀਤੀ ਗਈ ਆ ਸੋ ਦੱਸਈਏ ਕਿ ਇੱਥੇ ਫਾਰਮ ਹਾਊਸ ਤੇ ਵਿਸ਼ਲਸ ਦੇ ਵੱਲੋਂ ਛਾਪਾ ਮਾਰਿਆ ਗਿਆ ਕਿ ਕਿ ਢਿੱਲੋਂ ਦੇ ਘਰ ਵਿਸ਼ਲਸ ਦਾ ਇਹ ਛਾਪਾ ਹੈ ਸੋ ਢਿੱਲੋਂ ਦੇ ਫਾਰਮ ਹਾਊਸ ਤੇ ਵਿਸ਼ਲਸ ਦੇ ਵੱਲੋਂ ਰੇਡ ਕੀਤੀ ਜਾ ਰਹੀ ਹੈ ਆਮਦਨ ਤੋਂ ਵੱਧ ਜਾਇਦਾਦ ਦਾ ਇਹ ਮਾਮਲਾ ਹੈ ਵਿਸ਼ਲਸ ਦੀ ਟੈਕਨੀਕਲ ਟੀਮ ਜਿਹੜੀ ਜਾਂਚ ਕਰ ਰਹੀ ਹੈ ਸੋ ਚੰਡੀਗੜ੍ਹ ਸਥਿਤ ਫਾਰਮ ਹਾਊਸ ਤੇ ਰੇਡ ਕੀਤੀ ਜਾ ਰਹੀ ਹੈ 30 ਜਨਵਰੀ ਨੂੰ ਵੀ ਇੱਥੇ ਦੱਸਣਾ ਬੰਦ ਹੈ ਕਿ ਵਿਸ਼ਲਸ ਦੇ ਦਫਤਰ ਦੇ ਵਿੱਚ ਬੁਲਾਇਆ ਗਿਆ ਸੀ ਕਿੱਕੀ ਢਿੱਲੋਂ ਨੂੰ ਉਦੋਂ ਵੀ ਉਹਨਾਂ ਦੀ ਜ਼ਾਇਦਤ ਨੂੰ ਲੈ ਕੇ ਜਿਹੜਾ ਪੁੱਛਗਿੱਛ ਉਦੋਂ ਕੀਤੀ ਗਈ ਸੀ ਜੋ ਜਾਣਕਾਰੀ ਮਿਲ ਰਹੀ ਹੈ ਕਿ 3 ਜਨਵਰੀ ਨੂੰ ਇੱਕ ਵਾਰ ਵਿਜਲਸ ਨੇ ਆਪਣੇ ਦਫ਼ਤਰ ਦੇ ਵਿੱਚ ਇਹਨਾਂ ਨੂੰ ਬੁਲਾਇਆ ਵੀ ਸੀ ਲੇਕਿਨ ਹੁਣ ਜਿੱਥੇ ਉਹਨਾਂ ਦੇ ਫਾਰਮ ਹਾਊਸ ਦਾ ਨਿਰਮਾਣ ਅਧੀਨ ਜਿਹੜਾ ਇਹ ਹਲੇ ਕੰਮ ਚੱਲ ਰਿਹਾ ਹੈ ਫਾਰਮ ਹਾਊਸ ਲੇਕਿਨ ਇਸੇ ਦੇ ਦੌਰਾਨ ਵਿਜਲਸ ਦੀ ਰਡਾਰ ਦੇ ਉੱਤੇ ਕਹਿ ਸਕਦੇ ਆ ਕਿ ਸਾਬਕਾ ਕਾਂਗਰਸੀ ਵਿਧਾਇਕ ਹੁਣ ਕਿੱਕੀ ਢਿੱਲੋਂ ਹੈ ਜਿਨ੍ਹਾਂ ਦੇ ਫਾਰਮ ਹਾਊਸ ਦੇ ਉੱਤੇ ਛਾਪਾ ਜਿਹੜਾ ਮਾਰਿਆ ਗਿਆ ਸੋ ਵਿਜਲਸ ਦੀ ਰਡਾਰ ਦੇ ਉੱਤੇ ਕਈ ਪਹਿਲਾ ਸਾਬਕਾ ਕਾਂਗਰਸੀ ਜਾਂ ਹੋਰਾਂ ਦੀ ਗੱਲ ਕਰੀਏ ਤਾਂ ਕਈ ਸਾਬਕਾ ਵਿਧਾਇਕ ਮੰਤਰੀ ਜਿਹੜੇ ਰਡਾਰ ਦੇ ਉੱਤੇ ਰਹੇ ਨੇ ਲਗਾਤਾਰ ਛਾਪੇਮਾਰੀ ਕੀਤੀ ਜਾਂਦੀ ਹੈ ਰੇਡ ਕੀਤੀ ਜਾਂਦੀ ਹੈ ਸਵਾਲ ਜਵਾਬ ਕੀਤੇ ਜਾਂਦੇ ਨੇ ਤੇ ਵਿਰੋਧ ਵੀ ਕੀਤੇ ਨਾ ਕੀਤੇ ਹੋਇਆ ਲੇਕਿਨ ਹੁਣ ਕਿੱਕੀ ਢਿੱਲੋਂ ਦੇ ਘਰ ਵਿਜਲਸ ਦੇ ਵੱਲੋਂ ਛਾਪਾ ਮਾਰਿਆ ਗਿਆ ਢਿੱਲੋਂ ਦੇ ਫਾਰਮ ਹਾਊਸ ਤੇ ਵਿਜਲਸ ਦੀ ਰੇਡ ਜਿਹੜੀ ਹੋ ਰਹੀ ਹੈ ਸੋ ਆਮਦਨ ਤੋਂ ਵੱਧ ਜ਼ਾਇਦਾਦ ਦਾ ਮਾਮਲਾ ਜਿਹੜਾ ਇਹ ਦੱਸਿਆ ਜਾ ਰਿਹਾ ਵਿਜਲਸ ਦੀ ਟੈਕਨੀਕਲ ਟੀਮ ਜਿਹੜੀ ਜਾਂਚ ਕਰ ਰਹੀ ਹੈ ਚੰਡੀਗੜ੍ਹ ਸਥਿਤ ਫਾਰਮ ਹਾਊਸ ਤੇ ਰੇਡ ਜਿਹੜੀ ਹੋ ਰਹੀ ਹੈ ਸੋ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੰਸਟਰਕਸ਼ਨ ਦਾ ਕੰਮ ਜਿਹੜਾ ਇਸ ਫਾਰਮ ਹਾਊਸ ਦਾ ਚੱਲ ਰਿਹਾ ਨਿਰਮਾਣ ਦੇ ਨਾ ਫਾਰਮ ਹਾਊਸ ਲekin ਇਸ ਦੇ ਦੌਰਾਨ ਜਿਹੜਾ ਰੇਡ ਕੀਤੀ ਜਾਂਦੀ ਹੈ ਵਿਚਲੰਸ ਦੇ ਵੱਲੋਂ ਸੋ 30 ਜਨਵਰੀ ਨੂੰ ਵੀ ਵਿਚਲੰਸ ਦੇ ਦਫਤਰ ਜਿਹੜਾ ਕਿਕੀ ਢਿਲੋਂ ਨੂੰ ਬੁਲਾਇਆ ਗਿਆ ਸੀ ਉਸ ਸਮੇਂ ਵੀ ਉਹਨਾਂ ਤੋਂ ਪੋਚ ਪੜਤਾਲ ਜਿਹੜੇ ਕੀਤੀ ਗਈ ਸੀ ਆਮਦਨ ਨੂੰ ਲੈ ਕੇ ਉਹਨਾਂ ਦੀ ਇਨਕਮ ਨੂੰ ਲੈ ਕੇ ਲੇਕਿਨ ਇਸੇ ਦੇ ਵਿਚਾਲੇ ਹੁਣ ਇੱਕ ਵਾਰ ਫਿਰ ਤੋਂ ਦੱਸ ਆਈਏ ਕਿ ਵਿਚਲੰਸ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਕਿ ਕਿੱਕੀ ਢਿੱਲੋਂ ਦੇ ਘਰ ਵਿਚਲੰਸ ਦੇ ਵੱਲੋਂ ਛਾਪਾਂ ਮਾਰਿਆ ਗਿਆ ਹੈ